स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने यूट्यूब चैनल नूं सबसक्राइब कर लियो। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकते हो। मेरा मोबाइल नंबर है 84 270 1917। सो अज दी वीडियो विच आपां तुहानूं चार मझां दिखावांगे, चारे नक्शे ला। सत श्री अकाल भाई। सत श्री अकाल। हाँ जी भरे, नाम एड्रैस बोलो जी अपना। नाम हफीज अहमद जी, ठीक है, दलील कलां ਅੰਦਰਗੜ੍ਹ ਮੰਡੀ ਦੇ ਨਾਲ। ਠੀਕ ਹੈ, ਇੱਧਰ ਸਪਾਰ ਪੈ ਗਿਆ ਕੋਲੇ ਤੁਹਾਡੇ, ਤੇ ਜ਼ਿਲ੍ਹਾ ਪਿਹੜਾ ਪੈ ਗਿਆ? ਜ਼ਿਲ੍ਹਾ ਮਲੇਰਕੋਟਲਾ ਪੈ ਗਿਆ। ਮਲੇਰਕੋਟਲਾ, ਤੇ ਮੋਬਾਈਲ ਨੰਬਰ ਬੋਲੇ ਵੀਰੇ ਆਪਣਾ। 9841474407। 9841474407। ਤੇ ਆਪਣਾ ਡੈਰੀ ਦੁੱਧ ਪੁੰਨੇ ਘਰ ਦੇ ਪਸ਼ੂ ਹੈਗੇ। ਹਾਂਜੀ ਹਾਂਜੀ, ਠੀਕ ਹੈ। ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਮੀਨੀ ਮੱਝ ਦੇਖਦੇ ਪਏ ਆ, ਇਹਨੂੰ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਜੀ? ਇਹਨੂੰ 2 ਮਹੀਨੇ ਹੋ ਗਏ ਜੀ ਸੂਈ। ਇਹਦਾ ਬੱਚਾ ਕਿਹੜਾ ਜੀ? ਠੀਕ ਆ, ਆਪਣਾ ਬੱਚਾ ਕੱਟੀ ਹੈ। ਸੋ ਵੀਰ, ਆਏ ਦਾ ਬੱਚਾ 2 ਮਹੀਨੇ ਹੋ ਗਏ ਸੂਈ ਨੂੰ। ਤੇ ਭਾਈ, ਦੁੱਧ ਕਿੰਨਾ ਜਿਹੜਾ ਚੋਨੇ ਹੁਣ ਆਪਾਂ? ਬੱਚਾ ਕੱਟੀ ਦੇਖ ਸਕਦੇ 2 ਮਹੀਨਿਆਂ ਦੀ ਸੂਈ ਹੋਈ, ਤੇ ਮਿੰਨੀ ਸਿੰਘ ਇਹਦੇ ਹਿਲਦੇ ਨੀਗੇ, ਦੇਖ ਸਕਦੇ ਹੋ। ਤੇ 58,000 ਦਾ ਭਾਗ ਆ ਸੂਈ ਸਵਾਈ ਜਮਾ 2 ਮਹੀਨਿਆਂ ਦੀ, ਤੇ 8 ਕਿਲੋ ਦੁੱਧ ਰੇੜੀ ਹੈ, 4 ਕਿਲੋ ਡੰਗਦਾ ਜਮਾਂ ਸੀਲ ਠੰਡੀ ਪੂਰੀ ਫੁੱਲ ਹੈ। ਚਵਾਈ ਇਹਦੀ ਇਸ ਵਕਤ ਹੋਣੀ, ਉਸ ਹਿਸਾਬ ਦੇ ਗਿਸ ਕਰ ਲਿਓ। ਆਹ ਦੇਖੋ ਥਣ ਲੇਵਾ, ਲੇਵੇ ਦੀ ਪੂਰੀ ਸਾਫ਼ ਸੁਥਰੀ ਹੈ ਚੰਗੀ, ਅਤੇ ਦਰਮਿਆਨੇ ਕੱਦ ਕਾਰਡ ਦੇ ਵਿੱਚ ਆ ਗਈ ਭਾਅ 58,000 ਦਾ। ਫਿਰ ਦੂਜੇ ਨੰਬਰ ਵਾਲੇ ਭਾਅ ਜਿਹੜੀ ਹੈ, ਮੈਂ ਦੇਖਦੇ ਪਿਆ ਥੋੜ੍ਹਾ ਬੱਲੇ ਪੈਰ ਆ ਗਏ ਇਹਦੇ, ਅਤੇ ਕਿੰਨੇ ਟਾਈਮ ਦੀ ਸੂਈ ਵੀ ਆ? ਇਹਨੂੰ 25 ਕੁ ਦਿਨ ਹੋ ਗਏ ਜੀ ਸੂਈ ਨੂੰ। ਇਹਦਾ ਬੱਚਾ ਕਿਹੜਾ? ਇਹਦਾ ਬੱਚਾ ਉਹ ਖੜਾ ਜੀ, ਕੱਟੀ ਜਾਂਦਾ। ਸੋ ਫਿਰ ਇਹਦੇ ਪਿੱਛੇ ਕੱਟੀ ਆ, ਦੇਖ ਸਕਦੇ ਹੋ ਆਖੜੀ ਆ, 25 ਦਿਨਾਂ ਦੀ ਸੂਈ ਵੀ ਕੱਟੀ ਚੰਗੀ ਆ, ਬੱਚਾ ਕੱਚਾ ਹੀ ਵਾਲੇ। ਅਤੇ ਦੁੱਧ ਤਾਂ ਭਾਅ ਇਹਦੇ ਥੱਲੇ ਆਪਾਂ ਜਿਹੜਾ ਚੋਨੇ ਉਹ ਕਿੰਨਾ ਹੈਗਾ? 9 ਕਿਲੋ ਤਿਆਰ ਆ ਜੀ। 4.5 ਕਿਲੋ ਡੰਗਦਾ ਜਮਾਂ। ਹਾਂਜੀ। ਅਤੇ ਸੂਆ ਕਿਹੜਾ ਸੂਈ ਵੀ ਹੈ? ਤੀਜਾ ਹੀ ਸੂਆ ਜੀ। ਤੀਜਾ ਸੂਆ, ਅਤੇ ਭਾਅ ਇਹਦਾ ਕੀ ਰੱਖਿਆ ਆਪਾਂ? ਇਹਦਾ 54,000 ਤੋਰ ਦੇ ਮਾੜਾ ਜਿਹਾ ਨੂੰ। ਸੋ ਵੀਰ, 54,000 ਰੁਪਏ ਵੀਰ ਨੇ ਇਹਦਾ ਵੀ ਭਾਅ ਕੀਤਾ ਹੈਗਾ। ਆਹ ਥਣ ਲਿਆ ਦੇਖੋ, ਸਾਫ਼ ਸੁਥਰਾ ਚੰਗਾ ਨਿਖੜਵਾ ਸੋਹਣਾ, ਸਿਰਫ 54,000 ਦਾ ਭਾਅ, ਮਹੀਨੇ ਤੋਂ ਘੱਟ ਦੀ ਸੂਈ ਵੀ, 9 ਕਿਲੋ ਦੁੱਧ ਆ ਜਿਹੜਾ ਜਮਾਂ ਚੋਂਦਿਆ ਬਾਈ। ਅਤੇ ਆਹ ਥਣ ਲਿਆ ਦੇਖੋ, ਇਹਦਾ ਸੋਹਣਾ ਅਤੇ ਸਾਫ਼ ਸੁਥਰਾ ਥਣ ਲਿਆ, ਅਤੇ ਥੋੜ੍ਹੇ ਬੱਲੇ ਬਣ ਜਾ ਗਈ ਪਿੱਛੇ ਕੱਟੀ ਦਾ ਵੀ ਬੱਲਾ ਬਣ ਗਿਆ, ਥਣ ਲੇ ਵੀ ਸਾਫ਼ ਪੂਰਾ ਖੁੱਲ੍ਹੇ ਲੇ ਵੀ ਜਮਾਂ ਦੇਖ ਸਕਦੇ। ਅਤੇ 9 ਕਿਲੋ ਦੁੱਧ ਸਿਰਫ 54,000 ਰੁਪਏ ਦਾ ਭਾਅ, ਹਵਾਨਾ ਬਾਹੂ ਭਰ ਅੱਗੇ ਪਿੱਛੇ ਦਾ ਹਵਾਨਾ ਇਹਦਾ, ਅਤੇ ਥਣ ਵਗੈਰਾ ਦੇਖ ਸਕਦੇ ਪੂਰਾ ਨਿਖੜਵਾ ਸੋਹਣਾ ਥਣ, ਅਤੇ ਭਾਅ ਸਿਰਫ 54,000 ਦੇ ਦਾ ਭਾਅ ਬਹੁਤ ਘੱਟ ਦੇਖਣ ਨੂੰ ਮਿਲਦਾ ਹੈਗਾ। ਇਹ ਦੂਜੇ ਨੰਬਰ ਵਾਲੀ ਸੂਈ ਸਵਾਈ ਵੀ। ਅਤੇ ਵੀਰੇ, ਤੀਜੇ ਨੰਬਰ ਵਾਲੀ ਜਿਹੜੇ ਆਪਾਂ ਦੇਖਦੇ ਪਏ, ਇਹਦਾ ਬਾਇਓਡਾਟਾ ਕੀ ਹੈ ਜੀ? ਇਹ ਕਿਹੜਾ ਸੂਆ ਸੂਈ ਹੋਈ ਆ? ਇਹ ਵੀ ਤੀਜਾ ਹੀ ਹੈ ਵੀਰੇ ਸੂਈ। ਇਹਦਾ ਬੱਚਾ? ਇਹਦਾ ਬੱਚਾ ਉਹ ਬੈਠਿਆ ਕੱਟੀ ਮਾਂ। ਠੀਕ ਆ। ਇਹ ਕਿੰਨੇ ਟਾਈਮ ਦੀ ਸੂਈ ਵੀ ਹੈ? ਬਹੁਤ 3 ਮਹੀਨੇ ਸੂਈ ਹੈ। ਠੀਕ ਹੈ। ਗੱਬੜ ਤਾਂ ਨਹੀਂ ਹੋਈ ਹਲੇ? ਗੱਬੜ ਟੀਕਾ ਭਰਾਇਆ, 2 ਮਹੀਨੇ ਹੋ ਗਏ। ਠੀਕ ਹੈ। ਅਤੇ ਦੁੱਧ ਇਹ ਥੱਲੇ ਕਿੰਨਾ? 7 ਕਿਲੋ। 3.5 ਕਿਲੋ ਡੰਗਦਾ। ਅਤੇ ਮਤਲਬ ਬੱਚੇ ਦੀ ਮਿਲ ਜਾਏ ਵਧੀਆ? ਬੱਚੇ ਦੇ ਮਿਲ ਜਾਏ। ਅਤੇ ਇਹਦਾ ਭਾਅ? 54,000। ਖੁੱਲ੍ਹੀ ਮਾੜਾ ਜਿਹਾ ਨੂੰ ਵੀ। ਸੋ ਫਿਰ ਉਹ ਦਾਤੀ ਸਿੰਘੀ ਹੈ, ਖੁਰ ਸਿੰਘ ਖੁੱਲ੍ਹਾ, 54,000 ਦਾ ਭਾਅ, 7 ਕਿਲੋ ਦੁੱਧ ਪਿੱਛੇ ਕੱਟੀ ਆ, ਕਿਆ ਦੇਖ ਸਕਦੇ ਫੇਸ ਕੁਆਲਿਟੀ ਦੀ, ਅਤੇ ਥਣ ਲੇਵਾ ਥੋੜ੍ਹੀ 19-21 ਸਾਈਡ ਜ਼ਰੂਰ ਹੈਗੀ ਆ, ਮੈਂ ਇਹਦਾ ਦੇਖ ਸਕਦੇ ਹੋ ਅੰਦਰਲਾ ਪਾਸਾ ਥੋੜ੍ਹਾ ਜਿਹਾ ਰੱਖਦੇ ਅੰਦਰ ਨੂੰ। ਅਤੇ 7 ਕਿਲੋ ਦੁੱਧ ਦਾ ਭਾਅ, 54,000 ਦਾ, ਇਹਦੇ ਵਿੱਚ ਮਾਨਤਾਨ ਵੀਰ ਕਹਿੰਦੇ ਕਰ ਦਾਂਗੇ, ਜਾਂ ਇਹਦਾ ਬੱਚਾ ਬੈਠਾ ਸਾਈਡ 'ਤੇ ਕੱਟੀ, ਤਿੰਨਾਂ ਵਿੱਚੇ ਕੱਟੀਆਂ। ਅਤੇ ਅੱਗੇ ਵੀਰੇ, ਚੌਥੇ ਨੰਬਰ ਜਿਹੜੀ ਦੇਖਦੇ ਪਏ ਆਪਾਂ ਵੱਡੇ ਸਨੇ ਵਾਲੀ। ਹਾਂਜੀ ਵੀਰੇ, ਇਹ ਵੀ ਚੌਥਾ ਸੂਆ ਸੂਈ ਹੈ, ਕੱਟੀ ਹੈ ਨਹੀਂ ਮਗਰ ਬੱਚਾ ਹੈ ਨਹੀਂ ਇਹਦੇ। ਸੂਈ ਵੀ ਕਿੰਨੇ ਟਾਈਮ ਦੀ ਆ? ਇਹ 6 ਮਹੀਨੇ ਹੋ ਗਏ ਸੂਈ। ਗੱਬੜ ਤਾਂ ਨਹੀਂ ਹੋਈ? ਗੱਬੜ ਦਾ ਮਹੀਨਾ ਹੋ ਗਿਆ, ਟੋਕਾ ਕਰ ਗਿਆ, ਕਨਫਰਮ ਨਹੀਂ ਹੈਗੀ ਹਲੇ। ਮਤਲਬ ਕਨਫਰਮ ਨਹੀਂ ਹੈਗੀ। ਠੀਕ ਹੈ। ਦੁੱਧ ਕਿੰਨਾ ਥੱਲੇ ਇਹਦੇ? ਦੁੱਧ ਹੈਗੇ ਦੇ ਥੱਲੇ 7 ਕਿਲੋ। 7 ਕਿਲੋ ਦੁੱਧ ਦਾ ਥਣ ਲਿਆ ਤੁਹਾਡੇ ਸਾਹਮਣੇ, ਮੋਟਾ ਮੋਟਾ ਥਾਣਾ ਚੰਗਾ। ਅਤੇ ਫਿਰ ਮਿਲਦੀ ਕਿਵੇਂ? ਟੀਕੇ ਵਗੈਰਾ 'ਤੇ ਚਾੜਦੇ? ਨਾ ਨਾ, ਚਾੜਦੇ। ਅਤੇ ਇਹਦਾ ਭਾਅ? 54,000। ਸਵੇਰੇ 54,000 ਵੀਰ ਨੇ ਭਾਅ ਕੀਤਾ, ਅਤੇ ਥਣ ਲਿਆ ਦੇਖ ਸਕਦੇ ਵੱਡੇ ਵੱਡੇ ਥਾਣਾ ਮੋਟੇ ਪੂਰੇ, ਅਤੇ ਠੰਡੀ ਵਗੈਰਾ ਹੈਗੀ ਪੂਰੀ ਫੁੱਲਾ, ਦੇਖੋ ਕੋਈ ਦਿੱਕਤ ਵਾਲੀ ਗੱਲ ਨਹੀਂ ਆ। 54,000 ਦਾ ਸਿਰਫ ਭਾਅ ਹੈਗਾ, ਅਤੇ ਤੂੰ ਖੋਲ੍ਹ ਦੇ ਮਾੜਾ ਜੀ ਨੂੰ। ਸਵੇਰੇ ਸੀਗੀ ਚੌਥੇ ਨੰਬਰ 'ਤੇ, ਅਤੇ ਦੋ ਇਹਨਾਂ ਦੇ ਵਿੱਚੋਂ ਤਾਜ਼ੀਆਂ ਹੈਗੀਆਂ, ਇੱਕ ਸੋਰੀ 2 ਮਹੀਨੇ ਦੀ, ਇੱਕ 1 ਮਹੀਨੇ ਦੀ ਸੂਈ ਹੋਈ, ਅਤੇ ਇਹ ਬਾਕੀ ਆਹ ਇਹ 6 ਮਹੀਨੇ ਦੀ ਵੀ ਦੱਸਦੇ ਸੂਈ ਹੋਈ। ਕਿੰਨਾ ਤੋਂ ਦੱਸੇ ਥੱਲੇ? 7 ਕਿਲੋ। 7 ਕਿਲੋ, 3.5 ਕਿਲੋ ਡਾਂਗਦਾ, ਕੋਈ ਬੱਚਾ ਨਹੀਂ ਛੱਡਣ ਦੀ ਲੋੜ, ਕੋਈ ਟੀਕਣ 'ਚ ਲਾਉਣ ਦੀ ਲੋੜ। ਅਤੇ ਭਾਅ ਸਿਰਫ 54,000 ਦਾ, 4 ਨਾਗ ਆਪਾਂ ਕਵਰ ਕਰਕੇ ਦਿਖਾ ਚੁੱਕੇ ਹਾਂ। ਪਿੰਡ ਵੀਰੇ ਦਹਿਲੀਜ ਕਲਾਂ। ਹਾਂਜੀ, ਦਹਿਲੀਜ ਕਲਾਂ, ਦਹਿਲੀਜ ਕਲਾਂ, ਸਪਾਰ ਦੇ ਕੋਲ, ਅਹਿਮਦਗੜ੍ਹ ਦੇ ਕੋਲ ਹੈਗਾ, ਮਲੇਰਕੋਟ ਦਾ ਪਿੰਡ। ਅਤੇ ਨੰਬਰ ਬੋਲੀ ਬਾਈ ਫਿਰ ਆਪਣਾ। 9817-8063-63। 9817-8063। ਹਾਂਜੀ, 8063-63 ਦੇ ਇੱਕ ਨੰਬਰ ਜਿਹੜਾ ਚੱਲਦਾ। ਠੀਕ ਹੈ। 9841-74-407। 9841-74-407। ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਤਾਂ ਇਸ ਨੰਬਰ 'ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ।
तो भाव बिल्कुल वाजब जी की है कि 54, 58, 54 वाले भाव जी तुम इतने आओगे पशु दुध पीन की खातर वजिया सुने मौका गा। सो वीडियो देखने लिए तय दिलो धन्यवाद, जल्द मिल जाए किसी नवी होर वीडियो।